ਅਸਲਾਮੁ ਅਲੈਕੁਮ ਮੇਰੇ ਸੱਜਣੋ ਮਿੱਤਰੋ ਬੇਲੀਓ, ਮੈਂ ਹਾਂ ਤੁਹਾਡਾ ਵੀਰ, ਤੁਹਾਡਾ ਮਿੱਤਰ, ਤੁਹਾਡਾ ਭਰਾ ਵਜ਼ੀਰ ਅਲੀ, ਅਤੇ ਤੁਸੀਂ ਵੇਖ ਰਹੇ ਜੇ ਨਫਾ ਟੀਵੀ ਐਚ ਡੀ। ਅੱਜ ਮੈਂ ਤੁਹਾਨੂੰ ਪਾਕਿਸਤਾਨ ਦਾ ਬਹੁਤ ਹੀ ਪਿਆਰਾ ਬਿਊਟੀਫੁੱਲ ਡੋਗ ਦਿਖਾ ਰਿਹਾ। ਜਨਾਬ, ਐਸਾ ਡੋਗ ਆ ਕਿ ਇਹਦੀ ਕਿਸ ਡੋਗ ਦੀ ਮੈਂ ਤਸਵੀਰ ਆਪਣੇ ਕਾਰਡ 'ਤੇ ਛਪਵਾਈ ਹੋਈ ਆ। ਤਾਂ ਸੱਯਦ ਨਸੀਮ ਸ਼ਾਹ ਸਾਹਿਬ ਇਹਦੇ ਓਨਰ ਨੇ, ਪਹਿਲੇ ਵੀ ਇੱਕ ਦਫ਼ਾ ਮੈਂ ਇੱਕ ਸਾਲ ਹੋ ਗਿਆ ਵੀਡੀਓ ਬਣਾਏ ਨੂੰ, ਅਤੇ ਅੱਜ ਫਿਰ ਅਸੀਂ ਜਨਾਬ ਇਹਦੀ ਵੀਡੀਓ ਬਣਾ ਰਹੇ ਹਾਂ। ਅਤੇ ਕੋਈ 5 ਦਿਨ ਹੋ ਗਏ ਇਹਦੀ ਤੱਪਣੀ ਨੂੰ। ਬਹੁਤ ਹੀ ਸ਼ਾਨਦਾਰ ਅਤੇ ਬਹੁਤ ਹੀ ਖੂਬਸੂਰਤ ਡੋਗ ਹੈ। ਅਤੇ ਅਸੀਂ ਜ਼ਰਾ ਡੇਰੇ ਤੋਂ ਸਾਈਡ 'ਤੇ ਕੀਤਾ ਕਿਉਂਕਿ ਉੱਥੇ ਸੀ ਐਨੀਮਲ ਅਤੇ ਮੱਝਾਂ ਗਾਵਾਂ, ਅਤੇ ਉਹ ਜ਼ਰਾ ਉੱਥੇ ਅਲਾਓ ਨਹੀਂ, ਯੂਟਿਊਬ ਦੇ ਕੁਛ ਕਾਨੂੰਨ ਨੇ। ਅਤੇ ਅਸੀਂ ਜਨਾਬ ਇਸ ਵਾਸਤੇ ਜ਼ਰਾ ਉਹਨੂੰ ਦੂਰ ਕੀਤਾ। ਮੇਰੇ ਸੱਜਣੋ ਮਿੱਤਰੋ, ਇਹ ਇੱਥੇ ਲੈ ਆਓ, ਇੱਥੇ ਬਹੁਤ ਹੀ ਖੂਬਸੂਰਤ, ਬੜਾ ਹੀ ਸ਼ਾਨਦਾਰ ਦੇਸੀ ਕੁੱਤਾ ਜਨਾਬ, ਦੇਸੀ ਬਰੀਡ ਹੈ। ਕਿਆ ਬਾਤ, ਨਹੀਂ ਸਹੀ ਹੈ, ਇੱਥੇ ਆ ਜਾ ਬਾਬਾ, ਇੱਥੇ ਮੇਰੇ ਸੱਜਣੋ ਮਿੱਤਰੋ, ਬਹੁਤ ਹੀ ਸ਼ਾਨਦਾਰ ਡੋਗ, ਕਿਆ ਬਾਤ ਹੈ। ਜਨਾਬ ਤੁਹਾਡਾ ਨਾਮ ਮੁਬਾਰਕ ਕੀ ਹੈ? ਸੱਯਦ ਨਸੀਮ ਸ਼ਾਹ ਜੀ। ਸੱਯਦ ਨਸੀਮ ਸ਼ਾਹ ਸਾਹਿਬ, ਕਿਆ ਬਾਤ ਹੈ। ਮੇਰੇ ਸੱਜਣੋ ਮਿੱਤਰੋ, ਅਸੀਂ ਜਨਾਬ ਪਿਛਲੇ ਦਿਨਾਂ ਜਦੋਂ ਵੀਡੀਓ ਇੱਕ ਸਾਲ ਪਹਿਲੇ ਬਣਾਈ ਸੀ, ਉਦੋਂ ਜਨਾਬ ਅਫਜ਼ਲ ਸ਼ਾਹ ਸਾਹਿਬ ਨੇ ਵੀਡੀਓ ਬਣਵਾਈ ਸੀ, ਅਤੇ ਸਾਡੇ ਵੀਰ ਸਾਡੇ ਨਾਲ ਨੇ, ਉਹ ਵੀ ਪਾਕਿਸਤਾਨ ਦੇ ਬੜੇ ਪੁਰਾਣੇ ਸ਼ਿਕਾਰੀ ਨੇ, ਤੁਹਾਨੂੰ ਨਜ਼ਰ ਆ ਰਹੇ ਨੇ। ਜਨਾਬ ਤੁਹਾਡਾ ਨਾਮ ਮੁਬਾਰਕ। ਰਾਜਾ ਮਜ਼ਹਰ ਅਬਾਸ ਸਾਕੀ, ਅਤੇ ਸਾਕੀ ਦੇ ਨਾਂ ਤੋਂ ਬੜੇ ਮਸ਼ਹੂਰ ਨੇ, ਬੜੇ ਪੁਰਾਣੇ ਸ਼ਿਕਾਰੀ ਸੀ, ਅਤੇ ਬਹੁਤ ਹੀ ਇਹਨਾਂ ਨੇ ਬੜੇ ਸੋਹਣੇ ਸ਼ੌਕ ਕੀਤੇ। ਰਾਜਾ ਜਵੇਦ ਅਸ਼ਰਫ ਇਹਨਾਂ ਦੇ ਨਾਲ ਸ਼ੌਕ ਕਰਦੇ ਹੁੰਦੇ ਸੀ, ਕਯੂਮ ਖਾਨ ਸਾਹਿਬ, ਕਯੂਮ ਖਾਨ ਸਾਹਿਬ ਨੇ ਤਾਂ ਸ਼ੌਕ ਛੱਡ ਦਿੱਤਾ, ਅਤੇ ਰਾਜਾ ਅਰਸ਼ਦ ਸਾਹਿਬ ਉਹਨਾਂ ਦਾ ਅਸੀਂ ਵੀ ਇੰਟਰਵਿਊ ਕਰਨਾ ਹੁਣ ਥੋੜ੍ਹੀ ਦੇਰ ਤੱਕ, ਅਤੇ ਇੱਕੋ ਹੀ ਪਿੰਡ, ਇੱਕੋ ਹੀ ਚੱਕ ਦੇ ਰਹਿਣ ਵਾਲੇ ਨੇ। ਅੱਛਾ ਨਸੀਮ ਸ਼ਾਹ ਸਾਹਿਬ, ਇਹਦੀ ਕਿੰਨੀ ਕੁ ਹੁਣ ਉਮਰ ਹੋ ਚੁੱਕੀ ਹੈ? ਇਹ ਹੈ ਜੀ ਹੁਣ 3.5 ਸਾਲ ਦਾ। 3.5 ਸਾਲ ਉਮਰ ਹੋ ਗਈ ਇਹਦੀ। ਅੱਛਾ, ਅਤੇ ਕਿਹੜੇ ਕੁੱਤਿਆਂ 'ਚੋਂ ਹੈ? ਕਮਾਲੀਏ ਹੈ, ਅਮਰ ਹਰਾਜ ਵਾਲੇ ਕੁੱਤੇ ਦਾ। ਕਮਾਲੀਏ 'ਚੋਂ ਅਮਰ ਹਰਾਜ ਵਾਲੇ ਕੁੱਤੇ? ਅਮਰ ਹਰਾਜ ਵਾਲੇ। ਅੱਛਾ, ਇਹ ਹੈ ਹੁਣ ਤਕਰੀਬਨ ਕਾਲੀ ਅੱਖ ਵਾਲਾ ਅਮਰ ਹਰਾਜ ਦਾ ਕੁੱਤਾ, ਕਾਲੀ ਅੱਖ। ਅੱਛਾ, ਕਾਲੀ ਅੱਖ ਵਾਲਾ। ਅਤੇ ਤਕਰੀਬਨ ਹੁਣ ਕਿੰਨੇ ਕੁ ਤੱਪਣੀਆਂ ਕਰਵਾ ਚੁੱਕੇ? ਤੱਪਣੀਆਂ ਬਸ ਜੀ ਇਹਨੂੰ ਤਕਰੀਬਨ 3ਰੀ ਤੱਪਣੀ ਆ, 4-5 ਦਿਨ ਹੋ ਗਏ। ਅੱਛਾ, ਬਹੁਤ ਚੰਗਾ ਤੱਪਦਾ, ਬਹੁਤ ਚੰਗਾ ਜੀ, ਬਿਲਕੁਲ। ਅਤੇ ਇਹਦਾ ਕੱਦ ਤਕਰੀਬਨ ਕਿੰਨਾ? ਕੱਦ ਵੇਖ ਲਓ ਜੀ, ਲਾ ਲਓ ਹਿਸਾਬ, ਹੋਵੇ 30 ਤੋਂ ਤਾਂ ਉੱਤੇ ਉੱਤੇ ਹੀ ਹੈ। ਹਾਂਜੀ, ਮੇਰੇ ਸੱਜਣੋ ਮਿੱਤਰੋ, 30+ ਹੈ, ਬਹੁਤ ਹੀ ਖੂਬਸੂਰਤ, ਬਹੁਤ ਹੀ ਸ਼ਾਨਦਾਰ, ਇਕੱਤੀ ਵੀ ਹੋ ਜਾਵੇ ਤੇ ਬਹੁਤ ਜ਼ਿਆਦਾ, ਬਿਲਕੁਲ। ਤੇ ਇਹ ਇਹਦੇ 'ਚ ਕੋਈ ਕ੍ਰਾਸ ਹੈ ਦੇਸੀ ਬੋਲੀ ਦਾ ਕਿ ਕੋਈ ਵਲੈਤੀ ਇਹਦੇ ਸ਼ਾਮ? ਵਲੈਤੀ ਨਹੀਂ ਹੈ, ਬੋਲੀ ਹੈ। ਅੱਛਾ, ਬੋਲੀ ਹੈ। ਵਲੈਤੀ ਅਗਰ ਹੋਵੇ ਵੀ ਸਹੀ, ਉਹਨਾਂ ਦੇ ਕੁੱਤਿਆਂ ਦੇ ਵਿੱਚੋਂ ਪਿੱਛੇ ਕਿਤੇ ਥੋੜ੍ਹਾ ਬਹੁਤ ਖੂਨ ਤਾਂ। ਅੱਛਾ, ਉਹ ਸਾਨੂੰ ਨਹੀਂ ਪਤਾ, ਬਾਕੀ ਇਹ ਹੈ ਵੀ ਇਹ ਕੁੱਤੀ ਜਿਹੜੀ ਸਵਾਈ ਗਈ ਉਹ ਪਿਓਰ ਬੋਲਣ ਸੀ। ਅੱਛਾ, ਤੇ ਕੁੱਤਾ ਵੀ ਤਕਰੀਬਨ ਅਸਾਂ ਤਾਂ ਵੇਖਿਆ ਉਹ ਅਮਰ ਹਰਾਜ ਵਾਲਾ, ਤਾਂ ਸਾਨੂੰ ਤਾਂ ਪਿਓਰ ਬੋਲੀ ਮਾਲੂਮ ਹੋਇਆ। ਅਮਰ ਹਰਾਜ ਇੱਕ ਤਾਂ ਹੈ ਆਪਣਾ ਮਾਝੀ ਅੱਡੇ ਤੋਂ ਅਗਲੀ ਸਾਈਡ 'ਤੇ, ਇਹ ਉਹ ਹੀ ਆ ਅਮਰ ਹਰਾਜ। ਅੱਛਾ, ਫਿਰ ਤਾਂ ਸਮਝੋ ਕਿ ਇਹ ਉੱਥੇ ਉਸ ਜਗ੍ਹਾ 'ਤੇ ਬਾਲਮ ਵੀ ਹੈ, ਅਸੀਂ ਉਹਨਾਂ ਕੋਲ ਬਾਲਮ ਵੀ ਹੈ ਉਸ ਸਾਈਡ 'ਤੇ ਜੀ, ਬਾਲਮ 'ਤੇ ਹੁਣ ਤਾਂ ਚਲਾ ਗਿਆ ਨਾ ਲਾਹੌਰ, ਸੁਣਿਆ ਹੋਇਆ ਹੈ ਅਸੀਂ। ਬਿਲਕੁਲ ਸਹੀ ਮੇਰੇ ਸੱਜਣੋ ਮਿੱਤਰੋ, ਬਹੁਤ ਹੀ ਸ਼ਾਨਦਾਰ ਅਤੇ ਬੜਾ ਹੀ ਸੋਹਣਾ। ਅੱਛਾ ਸ਼ਾਹ ਸਾਹਿਬ, ਤੁਹਾਡੀ ਉਮਰ ਕਿੰਨੀ ਹੋ ਗਈ? ਮੇਰੀ ਉਮਰ ਜੀ ਹੈ 45 ਤੋਂ 50 ਦੇ ਦਰਮਿਆਨ ਵਿੱਚ। ਅੱਛਾ, ਤਾਂ ਤੁਹਾਨੂੰ ਸ਼ੌਕ ਕਿਸ ਉਮਰ 'ਚ ਲੱਗਿਆ ਜੀ? ਸ਼ੌਕ ਮੈਂ ਸਨ 1988 ਕੀਤਾ। ਸਨ 1988 ਤੋਂ ਅਰਸੇ ਤੋਂ ਤੇ ਕਰ ਰਿਹਾ ਜੀ। ਤੁਹਾਡੇ ਨਾਲ ਦੇ ਸ਼ਿਕਾਰੀ ਜਿਹੜੇ ਕਿਹੜੇ ਕਿਹੜੇ ਆ? ਸ਼ਿਕਾਰੀ ਇਹ ਰਾਜਾ ਜਵੇਦ ਅਸ਼ਰਫ ਹੋ ਗਿਆ, ਮਮਤਾਜ਼ ਮੁਗਲ ਹੋ ਗਿਆ, ਮਮਤਾਜ਼ ਖਾਨ ਮੁਗਲ 23 ਚੱਕ ਦੇ। ਹਾਂਜੀ, ਆਪੀ ਮੀਆਂ ਜ਼ਮਾਨ ਮਿੰਚਨਾਬਾਦ ਵਾਲੇ। ਹਾਂਜੀ, ਜ਼ੈਦ ਚੋਰੀ ਜ਼ੈਦ ਮੋਲੀਆ 99 ਚੋਂ, ਮਲਕ ਅਜ਼ੀਜ਼ ਅਵਾਨ ਹੈ, ਮਲਕ ਅਜ਼ੀਜ਼ ਅਵਾਨ। ਹਾਂਜੀ, ਜਿਹੜਾ ਸਾਡੇ ਪੁਰਾਣੇ ਬੇਲੀ ਸ਼ੌਕੀ ਮੰਮਾ ਬਲੋਚ, ਬਲੋਚ ਹੋ ਗਿਆ, ਖਾਨ ਬਲੋਚ ਹੋ ਗਿਆ, ਲਾਲੋ ਵਾਲੇ ਜੀ, ਤੇ ਬਾਬਾ ਅਹਿਮਦ ਯਾਰ ਕੋਡਣ ਫੌਤ ਹੋ ਗਿਆ। ਉਹ ਕਿੱਥੋਂ ਦੇ ਹਨ? ਉਹ ਇੱਥੋਂ ਦੇ ਹਨ, ਉਹ 100 ਸਾਲ ਹੋ ਗਿਆ ਉਹਨਾਂ ਨੂੰ, ਉਮਰ ਆਈ ਉਹਨਾਂ ਦੀ। ਹਾਂ,
ਸਾਰੀ ਉਮਰ ਉਹਨਾਂ ਇਹ ਸ਼ੌਕ ਕੀਤਾ ਹੈ। ਅੱਛਾ। ਤੇ ਉਸ ਤੋਂ ਬਾਅਦ ਜਨਾਬ ਕਾਫੀ ਸ਼ੌਕੀਨ ਹਨ ਜਿਹੜੇ ਪੁਰਾਣੇ ਸਾਡੇ ਨਾਲ ਦੇ, ਕੋਈ ਟੁਰ ਗਿਆ ਕੋਈ ਅਜੇ ਫਿਰਦੇ ਨੇ, ਬਹੁਤ ਅਰਸਾ ਹੋ ਗਿਆ ਜੀ। ਕਾਫੀ ਸ਼ੌਕੀਨ ਹਨ ਜਿਹੜੇ ਮੇਰੇ ਤੋਂ ਬਾਅਦ ਕਰਨ ਲੱਗੇ ਨੇ। ਚੌਧਰੀ ਅਸਲਮ ਮੇਰੇ ਤੋਂ ਬਾਅਦ ਕੀਤਾ, ਕਯੂਮ ਖਾਨ ਹੋਰੀ ਜਿਹੜੇ ਨੇ ਸਾਡੇ ਤੋਂ ਬਾਅਦ ਕਰਨ ਲੱਗੇ ਨੇ। ਤੇ ਮੈਂ ਤਾਂ ਫਿਰ ਹੁਣ ਕਿਸੇ ਮਜਬੂਰੀ ਤੋਂ ਆ ਕੇ, ਅੱਗੇ ਬਾਈ ਸਨ ਮੇਰੇ ਵੱਲਨ ਪਿਆਰੇ ਹੋ ਗਿਆ ਦੋ ਤਿੰਨ ਬਾਈ, ਉਹਨਾਂ ਦੀ ਵਜ੍ਹਾ ਤੋਂ ਮੈਂ ਸ਼ੌਕ ਆਪਣਾ ਘੱਟ ਕਰ ਗਿਆ, ਹੁਣ ਘੋੜੇ ਛੋੜਿਆਂ ਵਾਲੇ ਪਾਸੇ ਆ ਗਿਆ, ਘੋੜਿਆਂ ਦੇ ਸ਼ੌਕ ਕਰਨ ਹੋ ਗਿਆ। ਤੇ ਇਹ ਬਸ ਇਹੀ ਹੈ ਸਮਝੋ ਹੁਣ ਫਿਲਹਾਲ ਹੀ। ਤੇ ਮੇਰੇ ਕੋਲ ਤਿੰਨ ਤਿੰਨ ਚਾਰ ਚਾਰ ਜਾਨਵਰ ਹੁੰਦੇ ਆ। ਬਿਲਕੁਲ, ਮੈਨੂੰ ਦੱਸਿਆ ਕਾਫੀ ਸ਼ਿਕਾਰੀਆਂ ਨੇ। ਤੇ ਰਾਜਾ ਸਾਹਿਬ ਜੀ, ਜਨਾਬ ਤੁਸੀਂ ਕਿਸ ਸਨ ਵਿੱਚ ਸ਼ੌਕ ਕਰਦੇ ਰਹੇ ਜੀ? ਮੈਂ ਸਰਕਾਰ ਮੈਂ 88 ਤਕਰੀਬਨ ਅਸੀਂ ਇਕੱਠੇ ਸ਼ੌਕ ਕਰਦੇ ਰਹੇ। ਅੱਛਾ। ਤੇ ਬੱਚੇ ਸਰ ਦੋ ਗੋਰਾ ਕਢਾਇਆ ਸੀ ਗਾਰੇ। ਅੱਛਾ। ਉਹਦੇ 'ਚ ਦੋ ਬੱਚੇ ਰੱਖੇ ਸੀ, ਇੱਕ ਇਹਨੇ ਰੱਖਿਆ ਸੀ ਇੱਕ ਮੈਂ ਰੱਖਿਆ ਸੀ। ਅੱਛਾ। ਕਾਫੀ ਸ਼ੌਕ ਕੀਤਾ ਵਰਕਾ ਆਪਣੇ ਦੌਰ 'ਚ, ਪੁਰਾਣੇ ਸ਼ੌਕ। ਫਿਰ ਮੈਂ ਬਾਹਰ ਚਲਾ ਗਿਆ, ਕਾਫੀ ਅਰਸਾ ਬਾਹਰ ਰਹੇ। ਅੱਛਾ, ਆਪਸ ਦੀ ਗੱਲ ਹੈ ਰਾਜ ਸਾਹਿਬ, ਤੁਹਾਨੂੰ ਸਾਖੀ ਕਿਉਂ ਸੱਦਿਆ? ਸਾਖੀ ਬਚਪਨ ਤੋਂ ਮੇਰਾ ਨਾਂ ਪਿਆ। ਅੱਛਾ, ਸਾਖੀ ਬਚਪਨ ਤੋਂ? ਪਿਆਰ ਤੋਂ ਸੱਦਿਆ, ਸਾਡੇ ਇੱਕ ਦੋਸਤ ਸੀ ਸੈਯਦ ਸਫਦਰ ਸ਼ਾਹ। ਹਾਂ, ਹਮਦਾਨੀ ਸਾਹਿਬ। ਅੱਛਾ, ਉਹ ਪਿਆਰ ਤੋਂ ਸੱਦੇ ਹੁੰਦੇ ਹਨ ਸਾਖੀ ਸਾਹਿਬ। ਸਾਖੀ ਸਾਹਿਬ, ਹਾਂਜੀ। ਅੱਛਾ, ਮੇਰਾ ਤੁਹਾਡੀ ਉਮਰ ਕਿੰਨੀ ਹੋ ਗਈ? ਮੇਰੀ ਤਕਰੀਬਨ 60 ਸਾਲ ਹੈ ਜੀ। 60 ਸਾਲ? ਯਾਰ ਸਾਖੀ ਸਾਖੀ ਮੈਂ ਵੀ ਸੁਣਿਆ ਨਾ। ਹਾਂਜੀ, ਨਹੀਂ ਇਹ ਤਕਰੀਬਨ ਇਲਾਕੇ ਸਾਰੇ ਲੋਕ ਮੈਨੂੰ ਸਾਖੀ ਦੇ ਨਾਮ ਤੋਂ ਸਾਖੀ ਦੇ ਨਾਮ ਤੋਂ। ਹਾਂਜੀ। ਤੇ ਇਸ ਤੁਹਾਨੂੰ ਇਹ ਕੁੱਤਾ ਕਿਵੇਂ ਲੱਗਿਆ? ਬਹੁਤ ਅੱਛਾ ਕੁੱਤਾ ਜੀ। ਅੱਛਾ, ਇਹਦੀ ਜਿਹੜੀ ਨਸਲ ਹੈ, ਕਿਉਂਕਿ ਤੁਸੀਂ ਪੁਰਾਣੇ ਸ਼ਿਕਾਰੀ ਹੋ, ਇਹ ਜਿਹੜਾ ਕੁੱਤਾ ਹੈ ਨਾ ਜੀ, ਹਾਂਜੀ, ਇਸ ਨੂੰ ਆਪਣੇ ਜੋੜ ਦੇ ਵਿੱਚ ਜਿੰਨੇ ਕਿ ਇਹਦਾ ਹੈ ਹਾਈਟ ਹੈ, ਹਾਂਜੀ, ਇਹਨੂੰ ਆਪਣੇ ਜੋੜ ਦੇ ਵਿੱਚ ਜਿਹੜੇ ਚੰਗੇ ਨਾਲ ਲਾ ਕੇ ਚੈੱਕ ਕਰ ਸਕੋ। ਉਹ ਡਾਡਾ ਕੁੱਤਾ ਜੀ। ਮਾਸ਼ਾ ਅੱਲਾ ਜੀ, ਅੱਲਾ ਨਸੀਬ ਫਰਮਾਏ, ਬਹੁਤ ਖੂਬਸੂਰਤ ਹੈ। ਤੇ ਅਗਰ ਅਸੀਂ ਇਹਨੂੰ ਛੱਡੀਏ ਤੇ ਉਹਨੇ ਨੇੜੇ ਵੱਡੇ ਗੱਤ ਨਹੀਂ ਕਿਸੇ ਨੂੰ? ਐਵੇਂ ਨਿਕਲ ਗਿਆ ਸੀ ਥੋੜੇ ਜਿਹਾ ਉਹ ਕੋਈ ਬਦਲ ਦਾ ਜਾਨਵਰ ਹੈ ਨਾ, ਖੇਡਣ ਫਿਰਣਾ, ਹੁਣ ਤੁਹਾਡੇ ਸਾਹਮਣੇ ਛੁੱਟ ਹੋਇਆ ਆਇਆ ਹੈ। ਹਾਂਜੀ, ਇਹ ਡੇਰੇ ਸ਼ੇਰੇ ਫਿਰ ਫੁਰ ਕੇ ਆ ਜਾਂਦਾ ਹੈ, ਕਦੀ ਅਸੀਂ ਖੁਦ ਲੈ ਕੇ ਨਿਕਲ ਜਾਂਦੇ ਆ ਫੇਰਾਂ। ਅੱਛਾ, ਥੋੜਾ ਜਿਹਾ ਤੁਸੀਂ ਇਹਨਾਂ ਨੂੰ ਟੋਰਨਾ ਤਾਂ ਕਿ ਟੋਰ ਵੇਖੀ। ਐਸ ਮੇਰੇ ਸੱਜਣੋ ਮਿੱਤਰੋ, ਬਹੁਤ ਸ਼ਾਨਦਾਰ ਖੂਬਸੂਰਤ ਚਾਲ ਹੈ ਵੇਖੋ ਜਨਾਬ, ਕਿਆ ਬਾਤ। ਇੱਕ ਜਨਾਬ ਥੱਲੇ ਬਰਸੀਨ ਦਾ ਵੱਢ, ਤੇ ਜਨਾਬ ਸ਼ਾਹ ਸਾਹਿਬ ਨਾਂ ਕੀ ਰੱਖਿਆ? ਮੈਂ ਭੁੱਲ ਗਿਆ ਫਿਰ। ਮੇਰੇ ਸੱਜਣੋ ਮਿੱਤਰੋ, ਫੇਸ ਬੜਾ ਸ਼ਾਨਦਾਰ ਹੈ ਵੇਖੋ ਜਨਾਬ। ਸੈਯਦ ਨਸੀਮ ਸ਼ਾਹ ਸਾਹਿਬ ਨੇ ਜਨਾਬ ਥੋੜਾ ਜਿਹਾ ਹੀ ਇਹਨੂੰ, ਕਿਆ ਬਾਤ ਹੈ ਜੀ, ਕਿਆ ਬਾਤ। ਅੱਛਾ ਸ਼ਾਹ ਸਾਹਿਬ, ਇਸ ਤੋਂ ਕੋਈ ਕੁੱਤੀ ਵੀ ਕ੍ਰਾਸ ਕਰਾਈਏਗਾ? ਇੱਕ ਕਰਾਈ ਹੈ ਜੀ ਕੁੱਤੀ, ਲੇਕਿਨ ਉਹ ਦੋਸਤ ਮੇਰੇ ਜਿਹੜਾ ਉਹ ਹਾਨ ਕਮਲੇ, ਉਹ ਕੁੱਤੀ ਦੀ ਹੀਟ ਚਵਾ ਕੇ ਲੈ ਆਣ, ਬੜਾ ਉਹ ਮੁਸ਼ਕਲ ਜਿਹਾ ਮਿਲਾਇਆ ਉਹ ਕੁੱਤੀ ਠਹਿਰੀ ਨੇ। ਅੱਛਾ, ਉਹ ਕੋਈ ਲੇਟ ਕਰਕੇ ਲੈ ਆਣ, ਕੁੱਤੀ ਲੇਟ ਕਰਕੇ ਲੈ ਆਣ। ਹਾਂਜੀ, ਉਸ ਤੋਂ ਬਾਅਦ ਕੋਈ ਨਹੀਂ ਅਜੇ ਤੱਕ ਕ੍ਰਾਸ ਕੀਤੀ। ਉਮਰ ਹੀ ਇਹਦੀ ਬਸ ਥੋੜ੍ਹੀ ਹੈ, ਸਬਕ 3 ਸਾਲ ਹੁਣ ਹੋਇਆ, 3 ਸਾਲ ਤੇ ਕੋਈ ਉੱਤੇ ਦੋ ਤਿੰਨ ਮਹੀਨੇ। ਮੇਰੇ ਸੱਜਣੋ ਮਿੱਤਰੋ ਵੇਖੋ, ਬਹੁਤ ਹੀ ਸ਼ਾਨਦਾਰ, ਬਹੁਤ ਖੂਬਸੂਰਤ ਪੱਠਾ, ਸਾਢੇ 3 ਸਾਲ ਜੀ, ਅੱਲਾ ਦੇ ਹੁਕਮ ਨਾਲ ਚੰਗਾ, ਬਹੁਤ ਬਹੁਤ ਚੰਗਾ ਜੀ। ਮੇਰੇ ਸੱਜਣੋ ਮਿੱਤਰੋ, ਬਿਊਟੀਫੁਲ ਸ਼ਾਨਦਾਰ ਡੋਗ। ਮੇਰੇ ਸੱਜਣੋ ਮਿੱਤਰੋ, ਅਸੀਂ ਤਕਰੀਬਨ 10 ਮਿੰਟ ਦੀ ਵੀਡੀਓ ਬਣਾਵਾਂਗੇ, ਥੋੜ੍ਹਾ ਜਿਹਾ ਉਹਨਾਂ ਨੂੰ ਟੋਰਾਂਗੇ। ਅਜੇ ਇਹਦੀ ਮੈਂ ਕੋਈ ਕਦੀ ਪ੍ਰੈਕਟਿਸ ਨਹੀਂ ਕਰਾਈ। ਅੱਛਾ, ਜਦੋਂ ਵੀ ਇਹਨੂੰ ਚੈੱਕ ਕੀਤਾ ਨਾ, ਐਵੇਂ ਕਿੱਲੇ ਤੋਂ ਖੋਲ ਕੇ ਕੀਤਾ ਤੇ ਫਿਰ ਵੀ ਅੱਛਾ ਸੱਪਿਆ। ਅੱਛਾ, ਹਾਂਜੀ, ਹੁੰਦਾ ਹੈ ਨਾ ਸਾਈਕਲ ਨਾਲ ਮੋਟਰਸਾਈਕਲ, ਹਾਂ, ਕਟੋਰਿਆ ਫੇਰਿਆ ਫੇਰਿਆ ਛੰਡਿਆ ਫੂਕਿਆ, ਜਾਨਵਰ ਤਿਆਰ ਕੀਤਾ ਹੋਇਆ, ਉਹ ਤਿਆਰੀ ਇਹਨੂੰ ਅੱਜ ਤੱਕ ਨਹੀਂ ਦਿੱਤੀ। ਅੱਛਾ, ਬਸ ਰੋਟੀ ਛੋਟੀ ਤੇ ਦੁੱਧ ਦੁੱਧ ਪਾ ਦੇਈਦਾ ਇੱਥੇ। ਅਸੀਂ ਇਹਦੀ ਕੁੰਡੀ ਕੱਢ ਦੇਣੀ ਹੁੰਦੀ ਜੀ, ਇਹ ਪਿਸ਼ਾਬ ਪਿਸ਼ੂਬ ਕਰਕੇ ਆ ਜਾਂਦਾ ਇੱਥੇ ਨੇੜੇ ਨੇੜੇ, ਜਾਂਦਾ ਨਹੀਂ ਕਿਸੇ ਪਾਸੇ। ਅੱਛਾ, ਬਸ ਇਤਨਾ ਕੀ ਹੈ, ਇਹ ਵੇਖਦੇ ਪਿਓ ਨਾ, ਹਾਂ, ਥੋੜਾ ਜਿਹਾ ਫੁੱਲੇ ਹੋਇਆ ਹੈ, ਹਾਂ, ਪੇਟ ਛੇੜੇ ਦਾ ਜ਼ਿਆਦਾ ਲੱਗਦਾ, ਸਿਰਫ ਇਹ ਬਸ ਖਾ ਪੀ ਕੇ ਸੁੱਤਾ ਰਹਿੰਦਾ, ਸੁੱਤਾ ਰਹਿੰਦਾ, ਪ੍ਰੈਕਟਿਸ ਨਹੀਂ। ਅੱਛਾ ਅੱਛਾ, ਅੱਜ ਕੱਲ ਦਾ ਸ਼ੌਕ ਜਿਹੜਾ ਹੈ, ਤੁਹਾਡੇ ਸ਼ੌਕ ਤੇ ਅੱਜ ਕੱਲ ਦੇ ਸ਼ੌਕ 'ਚ ਕੀ ਫਰਕ ਆ ਗਿਆ? ਫਰਕ ਇਹ ਹੀ ਆ ਗਿਆ ਜੀ, ਹੁਣ ਜਿਹੜੇ ਸ਼ੌਕੀਨ ਹੈ ਨਾ ਸ਼ਿਕਾਰੀ, ਫੈਸਲੇ ਸਹੀ ਨਹੀਂ ਸ਼ਿਕਾਰੀ ਕਰਦੇ। ਬੜੀ ਪਤੇ ਦੀ ਮੇਨ ਮਸਲਾ ਇਹ ਹੈ ਬਈ, ਐਵੇਂ ਹੁਣ ਅੱਜ ਕੱਲ ਦਾ ਸ਼ੌਕ ਜਿਹੜਾ ਉਹ ਲੜਾਈ ਖਰੀਦਣ ਵਾਲੀ ਗੱਲ ਹੈ। ਹਾਂਜੀ, ਸਾਡੇ ਦੌਰ ਦੇ ਵਿੱਚ ਸ਼ਿਕਾਰੀ ਸ਼ੌਕੀਨ ਜਿਹੜੇ ਹੁੰਦੇ ਨੇ ਉਹ ਅਲਫਨ ਖਲੋਂਦੇ ਸੀ। ਹਾਂਜੀ,
ਉਹ ਬੜੇ ਫੈਸਲੇ ਜਿਹੜੇ ਹਨ ਉਹ ਠੀਕ ਕਰਦੇ ਸੀ ਹੁਣ ਅੱਜ ਕੱਲ ਹਰ ਬੰਦਾ ਦਾ ਆਤ ਹੁੰਦਾ ਬਿਲਕੁਲ ਤਾਂ ਵਾਸਤੇ ਸਾਡਾ ਦਿਲ ਨਹੀਂ ਕਰਨਾ ਲੈ ਮੈਂ ਤਾਂ ਵੈਸੇ ਵੀ ਹੁਣ ਮੇਰੇ ਉਹ ਅਗਲੇ ਟਾਈਮ ਨਹੀਂ ਵਕਤ ਨਹੀਂ ਹਾਂਜੀ ਭਾਈਆਂ ਤੋਂ ਪਿੱਛੇ ਜਦੋਂ ਦੇ ਭਾਈ ਟੁਰੇ ਨਾ ਜੀ ਹਾਂਜੀ ਉਹਨਾਂ ਤੋਂ ਪਿੱਛੇ ਬਸ ਮੈਂ ਇਸੇ ਤਰ੍ਹਾਂ ਇਹ ਸੱਜਣਾ ਦੇ ਨਾਲ ਤਲਕ ਛਲਕ ਬਣ ਗਏ ਕਾਫੀ ਉਹਨਾਂ ਨਾਲ ਗੱਪਸ਼ਪ ਵਾਸਤੇ ਜਾਣਕਾਰੀ ਰੱਖੀ ਮੇਰਾ ਸੱਜਣਾ ਮਿੱਤਰੋ ਸ਼ਾਹ ਸਾਹਿਬ ਦੀ ਬੜੀਆਂ ਹੀ ਖੂਬਸੂਰਤ ਗੱਲਾਂ ਨੇ ਤੇ ਕਿਉਂਕਿ ਜਿਹੜਾ ਸ਼ੌਕ ਆ ਨਾ ਉਹ ਖਤਮ ਨਹੀਂ ਹੋ ਸਕਦਾ ਤੇ ਇਸ ਵਾਸਤੇ ਸ਼ੌਕ ਦਾ ਬਹਾਨਾ ਬਣਾਇਆ ਜੀ ਨਹੀਂ ਤਲਕ ਸੱਜਣਾ ਨਾਲ ਬੇਲੀਆਂ ਨਾਲ ਚਲੋ ਬਰਕਰਾਰ ਹੈ ਮੇਰਾ ਸੱਜਣਾ ਮਿੱਤਰੋ ਇਹਦੇ ਨਾਲ ਹੀ ਅਸੀਂ ਚਾਹਾਂਗੇ ਇਜਾਜ਼ਤ ਆਪਣਾ ਤੇ ਆਪਣੇ ਗਰੀਬ ਭਰਾਵਾਂ ਦਾ ਗਰੀਬ ਰਿਸ਼ਤੇਦਾਰਾਂ ਦਾ ਗਰੀਬ ਦੋਸਤਾਂ ਦਾ ਖਿਆਲ ਕਰਨਾ ਅੱਲਾ ਨਿਗਹਿਬਾਨ ਸ਼ਾਹ ਸਾਹਿਬ ਹੱਥ ਮਿਲਾਉਣਾ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ ਫੀ ਅਮਾਨ ਅੱਲਾ